ਵੀ ਵਾਇਰ ਹੈ ਇਹਦੇ ਨਾਲ ਮੀਟਰ ਚੱਲਦਾ ਇਹ ਸੂਈ ਚੱਲਦੀ ਹੈ ਮੀਟਰ ਨਾਲ ਆਪਣੀ ਫੀਡ ਵਾਲੀ ਇਹ ਮੀਟਰ ਵਾਲੀ ਸੂਈ ਖਰਾਬ ਹੋ ਗਈ ਤੇ ਬਾਕੀ ਇਹ ਅੱਜ ਆਪਾਂ ਉਹਨੂੰ ਏਜੰਸੀ ਵਿੱਚ ਲੈ ਕੇ ਚੱਲੇ ਵੋਲਟ ਨੂੰ ਤੇ ਆਪਾਂ ਉਹਦੀ ਇਨਫੋਰਮੇਸ਼ਨ ਦੇਵਾਂਗੇ ਕਿ ਅਗਰ ਇਹ ਵਾਇਰ ਖਰਾਬ ਹੋ ਜਾਂਦੀ ਸਪੀਡੋਮੀਟਰ ਵਾਲੀ ਤੇ ਕਿੰਨੇ ਕਿੰਨਾ ਖਰਚਾ ਆਉਂਦਾ ਹੈ ਏਜੰਸੀ ਦੇ ਵਿੱਚ ਵਾਇਰ ਪਾਉਣ ਦਾ ਤੇ ਵਿਦ ਲੇਬਰ ਚਾਰਜ ਹੁੰਦੇ ਉਹਨਾਂ ਦੇ ਬਟ ਸਾਡਾ ਬੁਲਟ ਹੈ ਜਿਹੜਾ ਉਹ ਵਾਰੰਟੀ ਵਿੱਚ ਹੁੰਦਾ ਜਿੱਦਾਂ ਕਿ 4 ਸਾਲ ਦੀ ਵਾਰੰਟੀ ਵਿੱਚ ਹੈ ਤੇ ਇਹ ਦੇਖੂਗੇ ਕਿ ਵਾਰੰਟੀ ਵਿੱਚ ਲੇਬਰ ਦੀ ਲੇਬਰ ਚਾਰਜਸ ਪੈਂਦੇ ਆ ਜਾਂ ਫਿਰ ਉਹ ਇਦਾਂ ਹੀ ਮਤਲਬ ਵਾਇਰ ਦੀ ਖਰਚਾ ਹੀ ਲੈਂਦੇ ਆ ਬਸ ਕਿਉਂਕਿ ਅਪਾਇੰਟਮੈਂਟ ਦਾ ਅਸੀਂ ਪੁੱਛਿਆ ਸੀ ਉਹਨਾਂ ਨੂੰ ਤੇ ਉਹ ਕਹਿੰਦੇ ਸੀ ਵੀ ਅਪਾਇੰਟਮੈਂਟ ਦੀ ਤਾਂ ਕੋਈ ਲੋੜ ਨਹੀਂ ਕਿਉਂ ਜਿਵੇਂ ਹੁਣ ਤੁਹਾਨੂੰ ਅਸੀਂ ਪੂਰੀ ਵੀਡੀਓ ਦਿਖਾਤੀ ਸੀ ਕਿ ਆਪਾਂ ਇੱਦਾਂ ਏਜੰਸੀ ਵਿੱਚ ਗਏ ਹੋਏ ਸੀ ਤੇ ਹੁਣ ਦੇਖੋ ਇੱਦਾਂ ਕਿ ਇਹਦੀ ਜਿਹੜੀ ਸੂਈ ਹੈ ਮਤਲਬ ਜਿਹੜੀ ਤਹਿ ਹੁੰਦੀ ਹੈ ਆਪਣੇ ਮੀਟਰ ਦੀ ਸੂਈ ਹੁੰਦੀ ਹੈ ਇਹ ਹਲੇ ਵੀ ਨਹੀਂ ਚੱਲ ਰਹੀ ਮਤਲਬ ਇਹ ਚੱਲ ਰਹੀ ਹੈ ਆਪਾਂ 30-40 ਦੀ ਸਪੀਡ ਤੇ ਇਹਨੂੰ ਭਜਾ ਰਹੇ ਨਾਰਮਲ ਆਪਾਂ 10-15 ਦੀ ਸਪੀਡ ਤੇ ਆਪਾਂ ਚਲਾਉਂਦੇ ਆ ਜਿੱਦਾਂ ਆਪਾਂ 10-15 ਸਪੀਡ ਤੇ ਚਲਾ ਰਹੇ ਫਿਰ ਬਿਲਕੁਲ ਨਹੀਂ ਉੱਠ ਰਹੀ ਸੂਈ ਤੇ ਹੁਣ ਆਪਾਂ ਤੁਹਾਨੂੰ ਮਤਲਬ ਇੱਦਾਂ ਹੀ ਰਿਕਮੈਂਡ ਕਰੂੰਗੇ ਕਿ ਅਗਰ ਕੋਈ ਇੱਦਾਂ ਦਾ ਕੰਮ ਹੁੰਦਾ ਹੈ ਤਾਂ ਬਾਹਰ ਹੀ ਕਰਾ ਲਓ ਕਿਉਂਕਿ ਟਾਈਮ ਦੇ ਹਿਸਾਬ ਨਾਲ ਦੇਖਿਆ ਜਾਵੇ ਹੁਣ ਦੇਖੋ ਟਾਈਮ ਦੇਖੋ ਆਪਣਾ 11 ਵੱਜਣ ਵਾਲੇ ਹੋ ਗਏ ਜਿਸ ਤਰ੍ਹਾਂ ਆਫਿਸ ਵਾਲੇ ਬੰਦੇ ਹੁੰਦੇ ਆ ਕਦ ਆਵੇ ਕਦ ਹੁਣ ਮਤਲਬ ਇਹਨਾਂ ਆਪਾਂ ਠੀਕ ਕਰਾ ਕੇ ਕੰਮ ਵੀ ਨਹੀਂ ਹੋਇਆ ਅਤੇ ਇਸ ਤੋਂ ਪਹਿਲਾਂ ਵੀ ਜਿਵੇਂ ਕਿ ਆਪਾਂ ਵੀਡੀਓ ਨਹੀਂ ਬਣਾਈ ਸੀ ਇਸ ਤੋਂ ਪਹਿਲਾਂ ਨਾ ਜੀ ਸਪੀਡੋਮੀਟਰ ਦੀ ਲਾਈਟ ਹੁੰਦੀ ਹੈ ਇੱਥੇ ਅੰਦਰ ਉਹ ਲਾਈਟ ਖਰਾਬ ਹੋ ਗਈ ਸੀ ਇਹਦੀ ਉਸ ਲਈ ਤਾਂ ਅਸੀਂ ਤਿੰਨ ਵਾਰ ਗੇੜੇ ਮਾਰੇ ਸੀ ਏਜੰਸੀ ਵਿੱਚ ਅਤੇ ਉਹ ਲਾਈਟ ਇਹਨਾਂ ਕੋਲ ਹੈ ਨਹੀਂ ਸੀ ਫਿਰ ਅਸੀਂ ਬਾਹਰ ਹੀ ਚੇਂਜ ਕਰਵਾ ਲਈ ਸੀ ਉਹ ਇਹ ਹੈੱਡ ਉਤਾਰ ਕੇ ਅੰਦਰ ਲਾਈਟ ਪਾ ਦਿੰਦੇ ਆ ਅਤੇ ਹੁਣ ਦੇਖ ਲਓ ਇਹਦੀ ਜਿਸ ਤਰ੍ਹਾਂ ਤੁਹਾਨੂੰ ਦਿਖਾਇਆ ਅਸੀਂ ਚਲਾ ਕੇ ਵੀ ਦਿਖਾਇਆ ਹੁਣ ਵੀ ਇਹਦੀ ਜਿਹੜੀ ਇਹ ਸੂਈ ਹੈ ਚੰਗੀ ਤਰ੍ਹਾਂ ਵਰਕ ਨਹੀਂ ਕਰ ਰਹੀ ਅਤੇ ਅਸੀਂ ਇਹਨਾਂ ਨੂੰ ਕਿਹਾ ਵੀ ਸੀ ਕੁਛ ਚੇਂਜ ਕਰਨਾ ਚੇਂਜ ਕਰ ਦਿਓ ਇਹ ਕਹਿੰਦੇ ਥੋੜ੍ਹਾ ਚਲਾ ਕੇ ਦੇਖ ਲਓ ਚੱਲ ਜੂਗਾ ਬਾਕੀ ਹੁਣ ਦੇਖੂੰਗੇ ਅਗਰ ਤਾਂ ਚਲਾ ਕੇ ਚੱਲਿਆ ਤਾਂ ਫਿਰ ਤਾਂ ਸਹੀ ਅਗਰ ਨਹੀਂ ਚੱਲਿਆ ਫਿਰ ਆਪਾਂ ਸੋਚ ਰਹੇ ਬਾਹਰ ਹੀ ਕੰਮ ਕਰਾ ਦੂੰਗੇ ਕਿਉਂਕਿ 2 ਦਿਨ ਹੋ ਗਏ ਹੁਣ ਆਉਂਦਿਆਂ ਨੂੰ ਪਹਿਲਾਂ ਅਪੁਆਇੰਟਮੈਂਟ ਬੁੱਕ ਕਰਾਓ ਪੁੱਛੋ ਫਿਰ ਆਓ ਫਿਰ 2-3 ਘੰਟੇ ਖਰਾਬ ਕਰੋ ਬਾਹਰ ਜਾਓ 15-20 ਮਿੰਟ 'ਚ ਕੰਮ ਹੋ ਜਾਂਦਾ ਸਸਤਾ ਵੀ ਹੋ ਜਾਂਦਾ ਹੈ ਅਤੇ ਬਾਕੀ ਦੇਖ ਸਕਦੇ ਮੇਰੇ ਦੋਸਤ ਦਾ ਬੁਲਟ ਹੈ ਆਪਣਾ ਹੀ ਹੈ ਮਤਲਬ ਇੱਕ ਤਰ੍ਹਾਂ ਨਾਲ ਅਤੇ ਮੇਰਾ ਬੁਲਟ ਜ਼ਿਆਦਾ ਡਿਫਰੈਂਸ ਨਹੀਂ ਹੈ ਆਪਾਂ ਬਾਕੀ ਤੁਸੀਂ ਸੁਜੈਸਟ ਕਰਿਓ ਸੀ ਨਾ ਸਟਿੱਕਰ ਲਗਵਾਉਣੇ ਹੁਣ ਟੈਂਕੀ 'ਤੇ ਅਤੇ ਉਹਦੀ ਵੀਡੀਓ ਵੀ ਤੁਹਾਨੂੰ ਚਾਹੀਦੀ ਹੈ ਸਟਿੱਕਰ ਲਗਵਾਉਣ ਦੀ ਅਤੇ ਦੋਨਾਂ 'ਤੇ ਲਗਵਾਉਣੇ ਬੇਸਿਕਲੀ ਉਸ 'ਤੇ ਵੀ ਲਗਵਾਉਣਾ ਇਸ 'ਤੇ ਵੀ ਲਗਵਾਉਣਾ ਹੈ ਅਗਰ ਤੁਹਾਨੂੰ ਵੀਡੀਓ ਚਾਹੀਦੀ ਹੈ ਸਟਿੱਕਰ ਲਗਵਾਉਣ ਦੀ ਤਾਂ ਅਸੀਂ ਤੁਹਾਨੂੰ ਵੀਡੀਓ ਬਣਾ ਕੇ ਪਾ ਦਾਂਗੇ ਬਾਕੀ ਕੋਈ ਵੀ ਬੁਲਟ ਦੀ ਮੋਡੀਫਿਕੇਸ਼ਨ ਕਰਾਉਣੀ ਹੋਊਗੀ ਤੁਸੀਂ ਸਾਨੂੰ ਦੱਸ ਦਿਓ ਵੀ ਇਹ ਕੋਈ ਐਗਜ਼ੌਸਟ ਵਗੈਰਾ ਦਾ ਸਾਊਂਡ ਸੁਣ ਨਾ ਹੋਵੇ ਜਾਂ ਫਿਰ ਮਤਲਬ ਕੁਛ ਵੀ ਮਤਲਬ ਇੱਦਾਂ ਲੀਗਲੀ ਹੋਵੇ ਜ਼ਿਆਦਾ ਉਹ ਨਾ ਹੋਵੇ ਤੁਸੀਂ ਸਾਨੂੰ ਦੱਸ ਸਕਦੇ ਹੋ ਚਲੋ ਮਿਲਦੇ ਹਾਂ ਜੀ ਫਿਰ ਹੁਣ ਤੁਹਾਨੂੰ ਅਗਲੀ ਵੀਡੀਓ ਵਿੱਚ ਥੈਂਕ ਯੂ ਅਗਰ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਕਰ ਦਿਓ ਅਤੇ ਕੋਈ ਵੀ ਇਨਫੋਰਮੇਸ਼ਨ ਲਈ ਤੁਸੀਂ ਕਮੈਂਟ ਕਰ ਸਕਦੇ ਹੋ ਕੋਈ ਇੱਦਾਂ ਦੀ ਦਿੱਕਤ ਨਹੀਂ ਤੁਹਾਡਾ ਆਪਣਾ ਚੈਨਲ ਇਹ ਥੈਂਕ ਯੂ ਸੋ ਮੱਚ